ਭਗਤ ਕਬੀਰ ਜੀ ਮਹਾਰਾਜ ਦੇ ਕੋਲ ਚੱਲ ਕੇ ਆਇਆ, ਰੋਗੀ ਸੀ ਭਾਈ, ਗੁਰੂ ਘਰ 'ਚ ਰੋਗੀ ਕਦੇ ਰਾਜੀ ਨਹੀਂ ਹੋਏ, ਬੋਲੋ ਸਤਨਾਮ। ਗੁਰੂ ਹਰਕ੍ਰਿਸ਼ਨ ਮਹਾਰਾਜ ਕੋਲ ਕੌੜਾ ਆਇਆ ਭਾਈ, ਜਿੱਥੇ ਗੁਰੂ ਮਹਾਰਾਜ ਵੈਸੇ ਉਹਨਾਂ ਦੇ ਇਲਾਜ ਕਰਾਉਂਦੇ, ਤਰਨ ਤਾਰਨ ਸਾਹਿਬ ਜੋ ਇਸ਼ਨਾਨ ਕਰੂਗਾ ਉਹਦੇ ਕੋੜਿਆਂ ਦੇ ਰੋਗ ਟੁੱਟਦੇ ਨਹੀਂ, ਬੋਲੋ ਸਤਨਾਮ। ਗੁਰੂ ਹਰਕ੍ਰਿਸ਼ਨ ਮਹਾਰਾਜ ਛੋਟੀ ਜਿਹੀ ਉਮਰ ਹੈ, ਮਹਾਰਾਜ ਦੇ ਚਰਨਾਂ 'ਤੇ ਬੇਨਤੀ, ਗੁਰੂ ਜੀ ਨੇ ਆਪਣੇ ਹੱਥਾਂ ਦਾ ਕਰ ਕਮਲਾਂ ਦਾ ਰੁਮਾਲ ਬਖਸ਼ਿਆ, ਬੋਲੋ ਸਤਨਾਮ। ਭਾਈ ਸਤਨਾਮ ਕਹਿ ਕੇ ਆਪਣੇ ਸਰੀਰ 'ਤੇ ਫੇਰ ਲੈ, ਬੋਲੋ ਸਤਨਾਮ। ਉਹ ਤਤਕਾਲ ਹੀ ਸੱਸ ਸੁਸ ਦੀ ਬਿਮਾਰੀ ਦੂਰ ਹੋ ਗਈ, ਬੋਲੋ ਸਤਨਾਮ। ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਦਰਵਾਜ਼ੇ ਦੇ ਉੱਤੇ ਦੁਖੀਆਂ ਦੀ ਬਿਮਾਰੀਆਂ ਦੀ ਭੀੜ ਜੰਮੀ ਹੁੰਦੀ ਸੀ, ਬੋਲੋ ਸਤਨਾਮ। ਜੀਤੇ ਹੀ ਦ੍ਰਿਸ਼ਟੀ ਪੈ ਜਾਂਦੀ, ਪਹਿਲੀ ਦ੍ਰਿਸ਼ਟੀ ਪੈ ਜਾਂਦੀ, ਉਦੋਂ ਹੀ ਸਾਧ ਸੰਗਤ ਉਹ ਨਿਰੋਗ ਹੋ ਜਾਂਦਾ, ਬੋਲੋ ਸਤਨਾਮ। ਸਾਰੇ ਦਿੱਲੀ ਦੀ ਚੇਚਕ ਨਹੀਂ ਸੀ ਦੂਰ ਕੀਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ, ਬੋਲੋ ਸਤਨਾਮ। ਦੁੱਖ ਟੁੱਟਦੇ ਦੁਨੀਆਂ ਦੇ ਤੇਰਾ ਦਰ ਐਸਾ, ਤੇਰਾ ਦਰ ਐਸਾ, ਟੁੱਟਦੇ ਦੁਨੀਆਂ ਦੇ ਤੇਰਾ ਦਰ ਐਸਾ, ਤੇਰਾ ਦਰ ਐਸਾ, ਦੁੱਖ ਟੁੱਟਦੇ ਦੁਖੀਆਂ ਦੇ, ਟੁੱਟਦੇ ਟੁੱਟਦੇ ਦੁਖੀਆਂ ਦੇ, ਦੁੱਖ ਟੁੱਟਦੇ ਦੁਖੀਆਂ ਦੇ, ਦੁੱਖ ਟੁੱਟਦੇ ਦੁਖੀਆਂ ਦੇ, ਦੁੱਖ ਟੁੱਟਦੇ ਦੁਖੀਆਂ ਦੇ, ਦੁੱਖ ਟੁੱਟਦੇ ਦੁਖੀਆਂ ਦੇ। ਟੁੱਟਦੇ ਦੁਖੀਆਂ ਦੇ ਤੇਰਾ ਦਰ ਐਸਾ, ਤੇਰਾ ਦਰ ਐਸਾ, ਦੁੱਖ ਟੁੱਟਦੇ ਦੁਖੀਆਂ ਦੇ ਤੇਰਾ ਦਰ ਐਸਾ, ਤੇਰਾ ਦਰ ਐਸਾ, ਦਰਸ਼ਨ ਭੇਟ ਹੋਤ ਹਰ ਕਾ ਨਾਮ ਮੇਰਾ ਵੈਦ ਗੁਰੂ, ਮੇਰਾ ਵੈਦ ਗੁਰੂ ਗੋਬ, ਹਰ ਹਰ ਨਾਮ ਔਖਦ ਮੁਖ ਕਾਟ ਜਮ ਕੇ, ਬੋਲੋ ਸਤਨਾਮ। ਭਾਈ ਦੁਨੀਆਂ ਕਿਹੋ ਜਿਹੀ ਹੋ ਗਈ ਹੈ, ਕਿਹੋ ਜਿਹਾ ਸਾਧ ਸੰਗਤ ਸ਼ਰਧਾ ਵਿਸ਼ਵਾਸ ਹੀ ਨਹੀਂ ਰਿਹਾ ਦੁਨੀਆਂ ਦਾ, ਬੋਲੋ ਸਤਨਾਮ। ਸੰਗਤ ਦੀ ਚਰਨ ਧੂੜ ਇਹ ਖੋਟੇ ਕਰਮਾਂ ਨੂੰ ਮਿਟਾ ਨਹੀਂ ਸਕਦੀ, ਬੋਲੋ ਸਤਨਾਮ। ਭਾਈ ਸਵੇਗ ਸਿੰਘ, ਭਾਈ ਸਾਹਵਾਜ ਸਿੰਘ, ਜਦੋਂ ਸਾਧ ਸੰਗਤ ਸਮੇਂ ਦੀ ਹਕੂਮਤ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ, ਸਾਹਵਾਜ ਸਿੰਘ ਨੂੰ ਕਸ਼ਟ ਤਸੀਹੇ ਅਲੱਗ ਅਲੱਗ ਕਰਕੇ ਪਿਓ ਪੁੱਤਰ ਨੂੰ ਦਿੱਤੇ ਜਾਂਦੇ ਹਨ, ਜ਼ਬਰਦਸਤੀ ਉਸ ਨੂੰ ਇਸਲਾਮ ਵਿੱਚ ਲਿਆਉਣ ਵਾਸਤੇ ਮਜਬੂਰ ਕੀਤਾ ਜਾ ਰਿਹਾ, ਬੋਲੋ ਸਤਨਾਮ। ਦੁੱਖ ਲੰਮੇ ਹੋ ਗਏ, ਦੱਸਿਆ ਜਾਂਦਾ ਹੈ ਸਵੇਗ ਸਿੰਘ ਨੂੰ ਕਹਿਣਾ ਕੀਤਾ ਕਿ ਤੇਰਾ ਪੁੱਤਰ ਮੁਸਲਮਾਨ ਹੋਣਾ ਮੰਨ ਗਿਆ, ਬੋਲੋ ਸਤਨਾਮ। ਸਿੱਖੀ ਛੱਡਣੀ ਮਨਜ਼ੂਰ ਕਰ ਲਈ ਉਹਨੇ, ਬੋਲੋ ਸਤਨਾਮ, ਤੂੰ ਵੀ ਮੰਨ ਜਾ। ਭਾਈ ਸਵੇਗ ਸਿੰਘ ਜੀ ਕਹਿਣ ਲੱਗੇ ਇਹ ਕਿਵੇਂ ਹੋ ਗਿਆ,
ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਨਹੀਂ ਬਸ ਹੋ ਗਿਆ, ਮੰਨ ਗਿਆ ਉਹ, ਤੇਰਾ ਪੁੱਤਰ ਸਵਾ ਸਿੰਘ ਮੰਨ ਗਿਆ ਹੈ। ਭਾਈ ਸਵੇਗ ਸਿੰਘ ਜੀ ਕਹਿਣ ਲੱਗੇ, ਮੇਰੇ ਸਾਹਮਣੇ ਅਖਵਾ ਦਿਓ, ਮੇਰੇ ਸਾਹਮਣੇ ਲੈ ਕੇ ਆਓ, ਮੇਰੇ ਸਾਹਮਣੇ ਅਖਵਾਓ ਉਸ ਇੱਕ ਵਾਰੀ, ਫਿਰ ਮੈਂ ਮੰਨੂੰਗਾ ਤੁਹਾਡੀ ਗੱਲ। ਮੈਂ ਐਂ ਤੁਹਾਡੀਆਂ ਗੱਲਾਂ 'ਤੇ ਵਿਸ਼ਵਾਸ ਕਰਨ ਵਾਲਾ ਨਹੀਂ ਹਾਂ। ਬੋਲੋ ਸਤਨਾਮ। ਭਾਈ ਸਾਹਿਬ ਸਿੰਘ ਨੂੰ ਸਾਹਮਣੇ ਲੈ ਕੇ ਆਉਂਦਾ, ਨਿਗਾਹ ਭਰ ਕੇ ਗੁਰੂ ਦੇ ਪਿਆਰੇ ਨੇ ਦੇਖਿਆ, ਆਪਣੇ ਸਾਧ ਸੰਗਤ ਪੈਰ ਦੇ ਹੇਠੋਂ ਹੀ ਮਿੱਟੀ ਚੁੱਕ ਕੇ ਸਾਹਿਬ ਸਿੰਘ ਦੇ ਮੱਥੇ ਦੇ ਉੱਤੇ ਮਲ ਦਿੱਤੀ ਅਤੇ ਨਾਲੇ ਕਿਹਾ ਵੀ ਪੁੱਛੋ, ਸਾਹਿਬ ਸਿੰਘ ਧਰਮ ਛੱਡਣ ਵਾਸਤੇ ਤਿਆਰ ਹੈ? ਬੋਲੋ ਸਤਨਾਮ। ਜਦੋਂ ਪੁੱਛਣਾ ਕੀਤਾ, ਸਾਹਿਬ ਸਿੰਘ ਕਹਿਣ ਲੱਗਾ, ਨਹੀਂ ਕਦਾਚਿਤ ਵੀ ਨਹੀਂ, ਇਹ ਹੋ ਹੀ ਨਹੀਂ ਸਕਦਾ, ਮੈਂ ਧਰਮ ਛੱਡ ਦੇਵਾਂ, ਮੈਂ ਸਿੱਖੀ ਛੱਡ ਦੇਵਾਂ। ਦੇਖਣ ਵਾਲੇ ਹੈਰਾਨ ਹੋ ਗਏ, ਬੋਲੋ ਸਤਨਾਮ। ਇਹ ਕਿਹਾ ਕਰਾਮਾਤ ਹੋ ਗਈ, ਇਹ ਕਿਹਾ ਸ਼ਕਤੀ ਵਰਤੀ? ਸਾਹਿਬ ਸਿੰਘ ਮੰਨਿਆ ਮਨਾਇਆ, ਭਾਈ ਸਵੇਗ ਸਿੰਘ ਉਸ ਦੇ ਪਿਤਾ ਨੇ ਆਪਣੇ ਪੈਰ ਦੇ ਹੇਠੋਂ ਹੀ ਮਿੱਟੀ ਚੁੱਕ ਕੇ ਉਸਦੇ ਮੱਥੇ 'ਤੇ, ਕਹਿੰਦੇ ਇਹ ਕੀ ਕੀਤਾ ਸਵੇਗ ਸਿੰਘ? ਕਹਿੰਦੇ ਇਸੇ ਕਰਮ ਦੀ, ਮਾੜੇ ਕਰਮ ਦੀ ਰੇਖਾ ਮਿਟਾ ਦਿੱਤੀ ਹੈ। ਬੋਲੋ ਸਤਨਾਮ। ਇੱਥੇ ਗੁਰੂ ਨਹੀਂ, ਸੰਗਤ ਨਹੀਂ, ਪਰੰਤੂ ਉਹ ਸਿੱਖ ਤਾਂ ਸੀ। ਬੋਲੋ ਸਤਨਾਮ। ਐਵੇਂ ਨਹੀਂ ਕਿਹਾ, ਥੋੜੀ ਚੁੱਕ ਕੇ ਮੱਥੇ ਦੇ ਨਾਲ ਨਾਮ ਰੱਬਾ ਤੇਰੇ ਪਿਆਰਿਆਂ ਦੀ, ਚੁੱਕ ਕੇ ਮੱਥੇ ਦੇ ਨਾਲ ਨਾਮ ਰੱਬਾ ਤੇਰੇ ਪਿਆਰਿਆਂ ਦੇ, ਅਸੀਂ ਬਹੁਤੇ ਸਿਆਣੇ ਹੋ ਗਏ ਹਾਂ ਭਾਈ, ਗੁਰੂ ਜੀ ਨੇ ਬਾਣੀ 'ਚ ਐਵੇਂ ਲਿਖਤਾ। ਬੋਲੋ ਸਤਨਾਮ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਏ, ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਅੰਤਰਜਾਮੀ ਪੁਰਖ ਵਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ। ਜਿਹੜਾ ਸੰਗਤ ਨੂੰ ਸਮਝਦਾ ਹੀ ਬੰਦਿਆਂ ਦਾ ਇਕੱਠ ਹੈ, ਉਹਨੂੰ ਸਾਧ ਸੰਗਤ ਸੰਗਤ ਦੀ ਚਰਨ ਧੂੜ ਦੀ ਮਹਾਨਤਾ ਦਾ ਕਿਆ ਪਤਾ ਹੋ ਸਕਦਾ? ਬੋਲੋ ਸਤਨਾਮ। ਜਿਹੜਾ ਗੁਰੂ ਦੇ ਪਿਆਰਿਆਂ ਨੂੰ, ਗੁਰੂ ਦੇ ਸਿੱਖਾਂ ਨੂੰ ਸਮਝਦਾ ਹੀ ਬੰਦਾ ਭਾਈ, ਉਹਨੂੰ ਸਾਧ ਸੰਗਤ ਰੱਬ ਦੇ ਪਿਆਰਿਆਂ ਦੀ ਮਹਿਮਾ ਦਾ, ਨਾਮ ਦੀ ਮਹਿਮਾ ਦਾ ਕਿਆ ਗਿਆਤ ਹੋ ਸਕਦਾ? ਬੋਲੋ ਸਤਨਾਮ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਦਾ ਹੀ ਕਿਤਾਬ ਹੈ ਭਾਈ, ਉਹ ਸਾਸੰ ਗੁਰੂ ਜੋਤ ਦਾ ਪੁਜਾਰੀ ਆਸ਼ਕ ਉਸ ਆਨੰਦ ਤੋਂ ਕਿਵੇਂ ਜਾਣੂ ਹੋ ਸਕਦਾ? ਬੋਲੋ ਸਤਨਾਮ। ਸੋ ਇਸ ਕਰਕੇ ਸਾਧ ਸੰਗਤ ਰਜਨੀ ਦਾ ਪਤੀ ਰਾਜੀ ਨਹੀਂ ਹੋਇਆ? ਬੋਲੋ ਸਤਨਾਮ।
ਗੁਰੂ ਅੰਗਦ ਦੇਵ ਮਹਾਰਾਜ ਦੇ ਦਰਬਾਰ ਵਿੱਚ ਚੌਧਰੀ ਆਇਆ, ਬੇਨਤੀ ਕਰਦਾ ਉਸੇ ਨਗਰ ਦਾ ਸੀ, ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ, ਬੋਲੋ ਸਤਨਾਮ। ਮਿਰਗੀ ਦਾ ਇਲਾਜ ਨਹੀਂ ਕੋਈ ਹੈ, ਮੈਨੂੰ ਮਿਰਗੀ ਦਾ ਦੌਰਾ ਪੈਂਦਾ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਚੌਧਰੀ ਆ ਸ਼ਰਾਬ ਨਾ ਪੀਆ ਕਰ, ਮਿਰਗੀ ਨਹੀਂ ਪੈਂਦੀ ਤੈਨੂੰ, ਬੋਲੋ ਸਤਨਾਮ। ਸ਼ਰਾਬ ਛੱਡ ਦੇ, ਕਹਿੰਦਾ ਜੀ ਅੱਜ ਤੋਂ ਛੱਡੀ, ਬੋਲੋ ਸਤਨਾਮ। ਗੁਰੂ ਮਹਾਰਾਜ ਕਹਿਣ ਲੱਗੇ, ਫਿਰ ਤੈਨੂੰ ਮਿਰਗੀ ਵੀ ਛੱਡ ਜਾਊਗੀ, ਬੋਲੋ ਸਤਨਾਮ। ਮੁੜ ਕੇ ਸਾਧ ਸੰਗਤ, ਸਤਿਗੁਰਾਂ ਦਾ ਵਚਨ, ਸਾਧੂਆਂ ਦਾ ਵਚਨ, ਕੋਈ ਸਾਧ ਸੰਗਤ ਮੁਖਾਲ ਨਹੀਂ ਹੈ, ਬੋਲੋ ਸਤਨਾਮ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲੇ, ਭਾਵ ਚੰਦਰਮਾਨਸ ਹੋ ਜਾਵੀ, ਸਾਧੂਆਂ ਦਾ ਬੋਲ ਨਾ ਟੋਲੇ, ਭਾਵੇਂ ਚੰਦਰਮਾਨਸ ਹੋ ਜਾਵੀ, ਸਾਧੂਆਂ ਦਾ ਬੋਲ ਨਾ ਟੋਲੇ। ਸੂਰਜ ਆਪਣੀ ਦਿਸ਼ਾ ਬਦਲ ਸਕਦਾ, ਚੰਦਰਮਾ ਆਪਣੀ ਦਿਸ਼ਾ ਬਦਲ ਸਕਦਾ, ਸਮੇਰ ਪਰਬਤ ਵੀ ਚਲਾਇਮਾਨ ਹੋ ਸਕਦਾ ਹੈ, ਅੰਡ ਵਿਨਾਸੀ ਜੇਰ ਵਿਨਾਸੀ ਚਾਰੇ ਖਾਣੀਆਂ ਨਾਸ ਹੋ ਸਕਦੀਆਂ ਨੇ, ਪਰੰਤੂ ਸਾਧੂ ਦਾ ਵਚਨ ਅਟਲ ਹੈ, ਬੋਲੋ ਸਤਨਾਮ। ਆਕਾਸ਼ ਵੀ ਭਾਵੇਂ ਨਾਸ ਹੋ ਜਾਵੇ, ਉਹਨਾਂ ਦੇ ਵਚਨ ਮਹਾ ਆਕਾਸ਼ ਵਿੱਚ ਜਮ੍ਹਾਂ ਹੋ ਜਾਂਦੇ ਨੇ, ਬੋਲੋ ਸਤਨਾਮ। ਅੰਡ ਬਨਾਸੀ ਜੇਰ ਬਨਾਸੀ ਉਤਪੁਜ ਸੇਧ ਬਨਾਦਾ, ਚਾਰ ਬਨਾਸੀ ਖਡਾ ਬਨਾਸੀ, ਸਾਧ ਵਚਨ ਅਟਲਾਦਾ, ਨਿਚਲਾਦਾ ਅਟਲਾਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਕਹਿਣਾ ਕੀਤਾ, ਚੌਧਰੀਆ ਸ਼ਰਾਬ ਨਾ ਪੀਆ ਕਰ, ਮਿਰਗੀ ਦਾ ਦੌਰਾ ਨਹੀਂ ਤੈਨੂੰ ਪਊਗਾ। ਤੇ ਸਾਧ ਸੰਗਤ ਮਿਰਗੀ ਹਟ ਗਈ, ਬੋਲੋ ਸਤਨਾਮ। ਹੁਣ ਸਾਡੀ ਹਾਲਤ ਆ ਭਾਈ, ਅਸੀਂ ਗੁਰੂ ਕੋਲ ਆ ਕੇ ਬੇਨਤੀਆਂ ਕਰਦੇ ਹਾਂ, ਕਿਰਪਾ ਹੋ ਜਾਂਦੀ ਹੈ, ਫਿਰ ਅਸੀਂ ਭੁੱਲ ਜਾਂਦੇ ਹਾਂ, ਬੋਲੋ ਸਤਨਾਮ। ਜਿਹੜਾ ਦਾਤਾਂ ਲੈ ਕੇ ਦਾਤੇ ਨੂੰ ਭੁੱਲ ਗਿਆ, ਸਾਧ ਸੰਗਤ ਉਹ ਤਾਂ ਭਾਈ ਕਿਰਤ ਘਣ ਹੈ, ਬੋਲੋ ਸਤਨਾਮ। ਬਾਣੀ ਕਹਿੰਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਾਹੀ ਮਰਨ ਵਿਚਾਰਾ, ਦਾਤੇ ਨੂੰ ਭੁੱਲ ਗਿਆ ਦਾਤ ਨਾਲ ਪਿਆਰ ਪਾਲਿਆ, ਦਾਤੇ ਨੂੰ ਭੁੱਲ ਗਿਆ ਦਾਤ ਨਾਲ ਪਿਆਰ ਪਾਲਿਆ, ਦਾਤ ਨਾਲ ਪਿਆਰ ਪਾਲਿਆ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਾਹੀ ਮਰਨ ਵਿਚਾਰ। ਇਹ ਜੋ ਸਰੀਰ ਹੈ, ਅੱਖਾਂ ਨੱਕ ਕੰਨ ਆਦਿਕ, ਧੀ ਪੁੱਤਰ ਆਦਿਕ, ਇਹ ਵੀ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਹੋਈਆਂ ਨੇ, ਬੋਲੋ ਸਤਨਾਮ। ਸਾਨੂੰ ਸਰੀਰ ਚੰਗਾ ਲੱਗਦਾ ਹੈ, ਸਰੀਰ ਦੇ ਬਣਾਉਣ ਵਾਲਾ ਨਹੀਂ ਚੰਗਾ ਲੱਗਦਾ, ਬੋਲੋ ਸਤਨਾਮ। ਧੀ ਪੁੱਤਰ ਚੰਗੇ ਲੱਗਦੇ ਨੇ, ਦੇਣ ਵਾਲਾ ਨਹੀਂ ਚੰਗਾ ਲੱਗਦਾ, ਬੋਲੋ ਸਤਨਾਮ। ਕੀਤੇ ਕੋ ਮੇਰਾ ਸਮਾਨ ਹੈ, ਕਰਨਹਾਰ ਤਿਲ ਜਾਨਾ। ਕੀਤੇ ਕੋ ਜਿਹੜਾ ਕੀਤਾ ਹੋਇਆ ਉਹਨੂੰ ਤਾਂ ਉਹ ਤਾਂ ਦਿਸਦਾ ਪਹਾੜ ਵਰਗਾ, ਜਿਹੜਾ ਕਰਨ ਵਾਲਾ। ਕੀਤੇ ਕੋ ਮੇਰਾ ਸਮਾਨ ਹੈ, ਕਰਨਹਾਰ ਤਿਲ ਜਾਨਾ, ਜਿਹੜਾ ਕਰਨ ਵਾਲਾ ਉਹਨੂੰ ਤਿਣਕੇ ਦੇ ਬਰਾਬਰ ਸਮਝਦਾ, ਬੋਲੋ ਸਤਨਾਮ। ਜਾਂ ਸਮਝਦਾ ਹੀ ਨਹੀਂ, ਵੀ ਹੈ ਹੀ ਨਹੀਂ ਹੈ, ਬੋਲੋ ਸਤਨਾਮ।
ਬਾਣੀ ਕਹਿੰਦੀ ਹੈ ਨੇਤਰ ਮੇਰਿਓ ਹਰ ਤੁਮੈਂ ਜੋ ਧਰੀ ਹਰ ਵੀ ਨਵਰ ਨਾ ਦੇਖੋ ਕੋਈ ਇਹ ਸਰੀਰ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਇਹ ਸਰਵਣੋ ਮੇਰੇ ਹੋ ਸੱਚਾ ਸੁਣਨਾ ਨੋ ਬਿਠਾਏ ਸਰਵਣੋ ਕੰਨਾਂ ਨੂੰ ਕਹਿੰਦੇ ਨੇ ਜੋ ਤੁਸੀਂ ਲਾਏ ਹੋ ਇਹ ਅੱਖਾਂ ਦਿੱਤੀਆਂ ਪਰਮਾਤਮਾ ਨੇ ਹੱਥ ਪੈਰ ਦਿੱਤੇ ਹਨ ਧੀ ਪੁੱਤਰ ਦਿੱਤੇ ਹਨ ਅਤੇ ਧਰਤੀ ਦੇ ਵਿੱਚ ਆਪਾਂ ਤਾਂ ਬੀਜ ਹੀ ਸੜਦੇ ਹਾਂ ਉਹਦੇ ਵਿੱਚ ਉੱਗਣ ਵਾਲੀ ਸ਼ਕਤੀ ਕੌਣ ਪਾਉਂਦਾ ਉਸ ਰਸ ਕੌਣ ਪਾਉਂਦਾ ਬੋਲੋ ਸਤਨਾਮ ਉੱਥੇ ਹੀ ਗੰਨਾ ਖੜਾ ਹੁੰਦਾ ਉੱਥੇ ਹੀ ਸਾਧ ਸੰਗਤ ਨਿੰਮ ਖੜੀ ਹੁੰਦੀ ਹੈ ਨਿੰਮ ਕੌੜੀ ਹੁੰਦੀ ਹੈ ਗੰਨਾ ਮਿੱਠਾ ਹੁੰਦਾ ਬੋਲੋ ਸਤਨਾਮ ਇਹ ਚੰਦਰਮਾ ਕਿਹਨੇ ਪੈਦਾ ਕੀਤਾ ਬਾਈ ਇਹ ਰਸ ਕਿਵੇਂ ਪੈਦਾ ਹੁੰਦਾ ਬਾਈ ਜੋ ਬੀਜ ਹੁੰਦੀ ਹੈ ਕਣਕ ਉੱਗਦੀ ਹੈ ਉਹ ਵਸਤੂਆਂ ਉੱਗਦੀਆਂ ਉਹ 'ਚ ਰਸ ਕੌਣ ਪਾਉਂਦਾ ਬੋਲੋ ਸਤਨਾਮ ਇਹ ਪਾਣੀ ਕਿਸਨੇ ਪੈਦਾ ਕੀਤਾ ਹੈ ਸੇ ਇਹ ਪੰਜੇ ਤੱਤ ਤਰਤ ਆਕਾਸ਼ ਕਿਸਨੇ ਪੈਦਾ ਕੀਤੇ ਨੇ ਭਾਈ ਜੇ ਅਸੀਂ ਪਰਮਾਤਮਾ ਨੂੰ ਭੁੱਲ ਜਾਈਏ ਸਾਡੇ ਨਾਲੋਂ ਵੱਡਾ ਕਿਰਤ ਕਣ ਕੌਣ ਹੋਊਗਾ ਬੋਲੋ ਸਤਨਾਮ ਇਸ ਕਰਕੇ ਜੇ ਤੇਰੇ 'ਤੇ ਕਿਰਪਾ ਹੋਊਗੀ ਤੂੰ ਕਿਰਪਾ ਨੂੰ ਸੰਭਾਲ ਲੈ ਬੋਲੋ ਸਤਨਾਮ ਬਖਸ਼ਿਸ਼ ਹੋਊਗੀ ਤਾਂ ਬਖਸ਼ ਨੂੰ ਸੰਭਾਲ ਕੇ ਰੱਖੀਦਾ ਹੈ ਭਾਈ ਸ਼ੁਕਰਾਨਾ ਕਰੀਦਾ ਹੁੰਦਾ ਹੈ ਬਖਸ਼ਿਸ਼ ਦਾਤੇ ਦਾ ਸ਼ੁਕਰਾਨਾ ਕਰੀਦਾ ਹੁੰਦਾ ਹੈ ਹੁਣ ਬਸ ਚੜ੍ਹ ਗਿਆ ਕੋਠੇ 'ਤੇ ਚੁਬਾਰੇ ਹੁੰਦੇ ਸੀ ਉਦੋਂ ਬਾਈ ਚੁਬਾਰੇ ਅਤੇ ਸਾਧ ਸੰਗਤ ਕਹਿੰਦਾ ਬਾਈ ਗੁਰੂ ਮਹਾਰਾਜ ਜੀ ਦਾ ਸਥਾਨ ਵੀ ਨੇੜੇ ਹੀ ਸੀਗਾ ਬੋਲੋ ਸਤਨਾਮ ਸਾਹਮਣੇ ਹੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਸਥਾਨ ਗੁਰੂ ਅੰਗਦ ਦੇਵ ਮਹਾਰਾਜ ਜੀ ਸੰਗਤਾਂ 'ਤੇ ਬਿਰਾਜਮਾਨ ਨੇ ਅਤੇ ਇਹ ਸਾਧ ਕੋਠੇ 'ਤੇ ਚੜ੍ਹਿਆ ਹੋਇਆ ਠੰਡੀ ਠੰਡੀ ਹਵਾ ਵਗਦੀ ਹੈ ਕਹਿੰਦਾ ਅੱਜ ਮੇਰਾ ਬਾਈ ਸ਼ਰਾਬ ਪੀਣ ਨੂੰ ਜੀ ਕਰ ਆਇਆ ਬੋਲੋ ਸਤਨਾਮ ਕੱਢ ਲਈ ਇਹਨੇ ਬੋਤਲ ਲੱਗ ਗਿਆ ਸ਼ਰਾਬ ਪੀਣ ਭਾਈ ਹੁਣ ਸ਼ਰਾਬ ਇਹੋ ਜਿਹੀ ਚੀਜ਼ ਆ ਭਾਈ ਜਿਹਨੂੰ ਪੀਤਿਆ ਜਾਵੇ ਮੱਤ ਮਾਰੀ ਲਣ ਤੇ ਸ਼ਰਾਬ ਤਾਈ ਪੀਤਿਆ ਜਾਵੇ ਮੱਤ ਮਾਰੀ ਲਣ ਤੇ ਸ਼ਰਾਬ ਤਾਈ ਮਤ ਮਾਰੀ ਲਣ ਤੇ ਸ਼ਰਾਬ ਤਾਈ ਮਤ ਮਾਰੀ ਲਣ ਤੇ ਸ਼ਰਾਬ ਤਾਈ ਮਤ ਮਾਰੀ ਲਣ ਤੇ ਸ਼ਰਾਬ ਤਾਈ ਉਸ ਪੰਗ ਪੀਮਦ ਉਤਰ ਜਾਏ ਪਰਵਾਸ ਨਾਮ ਕੁਮਾਰੀ ਨਾਨਕਾ ਜਿਤ ਪੀਤੇ ਮਤ ਦੂਰ ਹੋਏ ਮਤ ਨਹੀਂ ਰਹਿੰਦੀ ਬੋਲੋ ਸਤਨਾਮ ਵਰਨ ਪਵੈ ਮੋਹੇ ਆਏ ਆਪਣਾ ਪਰਾਇਆ ਨਾ ਪਛਾਣ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਖਸਮੋ ਧੱਕੇ ਖਾਏ ਪਰਮਾਤਮਾ ਦੀ ਦਰਗਾਹ ਦੇ ਵਿੱਚ ਵਾਹੀ ਧੱਕੇ ਖਾਣੇ ਪੈਂਦੇ ਨੇ ਬੋਲੋ ਸਤਨਾਮ ਇੱਥੇ ਵੀ ਧੱਕੇ ਪੈਂਦੇ ਨੇ ਫਿਰ ਪਰਮਾਤਮਾ ਦੀ ਦਰਗਾਹ 'ਚ ਕਿਉਂ ਨਹੀਂ ਪੈਣਗੇ ਬੋਲੋ ਸਤਨਾਮ ਚੌਧਰੀ ਸ਼ਰਾਬ ਪੀ ਕੇ ਨਾ ਅਰਲ ਵਰਲ ਲੱਗ ਗਿਆ ਬੋਲੋ ਗੁਰੂ ਅੰਗਦ ਦੇਵ ਮਹਾਰਾਜ ਸਾਹਮਣੇ ਸੰਗਤ ਬੈਠੇ ਨੇ ਅਤੇ ਕਹਿ ਰਿਹਾ ਹੈ ਗੁਰੂ ਅੰਗਦ ਜੀ ਅੱਜ ਮੈਂ ਤੋਂ ਸ਼ਰਾਬ ਪੀਤੇ ਤੋਂ ਬਿਨਾਂ ਰਿਹਾ ਨਹੀਂ ਗਿਆ ਅੱਜ ਮੈਂ ਤੋਂ ਸ਼ਰਾਬ ਪੀਤੀ ਗਈ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਇਹ ਕੀ ਬੋਲਦਾ ਕਹਿੰਦੇ ਜੀ ਇਹ ਕਹਿੰਦਾ ਅੱਜ ਮੈਂ ਤੋਂ ਸ਼ਰਾਬ ਪੀਤੀ ਗਈ ਮੈਂ ਤੋਂ ਸ਼ਰਾਬ ਪੀਤੇ ਤੋਂ ਰਿਹਾ ਨਹੀਂ ਗਿਆ ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ ਅੱਛਾ ਭਾਈ ਮਿਰਗੀ ਵੀ ਸਾਡੇ ਪਾਵੇ ਨਾਲ ਬੰਨੀ ਹੋਈ ਸੀ ਆ ਰਹੀ ਹੈ ਬੋਲੋ ਸਤਨਾਮ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਚੌਧਰੀ ਜੇ ਤੈ ਤੋਂ ਸ਼ਰਾਬ ਪੀਤੇ ਤੋਂ ਬਿਨਾਂ ਰਿਹਾ ਨਹੀਂ ਗਿਆ ਤਾਂ ਮਿਰਗੀ ਵੀ ਅਸੀਂ ਪਾਵੇ ਨਾਲ ਬੰਨੀ ਹੋਈ ਸੀ ਆ ਰਹੀ ਹੈ ਬੋਲੋ ਸਤਨਾਮ ਉਹਨਾਂ ਚਿਰ ਮਿਰਗੀ ਦਾ ਦੌਰਾ ਨਹੀਂ ਪਿਆ ਸਾਧ ਸੰਗ ਜਦੋਂ ਸ਼ਰਾਬ ਪੀ ਕੇ ਅਰ ਵੱਲ ਬੋਲਣ ਲੱਗ ਪਿਆ ਹੇ ਗੁਰੂ ਅੰਗਦ ਦੇਵ ਮਹਾਰਾਜ ਅੱਜ ਮੈਂ ਤੋਂ ਰਿਹਾ ਨਹੀਂ ਗਿਆ ਅੱਜ ਮੈਂ ਤੋਂ ਸ਼ਰਾਬ ਪੀਤੀ ਗਈ ਮਹਾਰਾਜ ਕਹਿਣ ਲੱਗੇ ਮਿਰਗੀ ਵੀ ਸਾਡੇ ਪਾਵੇ ਨਾਲ ਬੰਨੀ ਹੋਈ ਸੀ ਅਤੇ ਮਿਰਗੀ ਸਾਧ ਸੰਗਤ ਵਚਨ ਜਿਹੜੇ ਹਨ ਵਚਨ ਭਾਈ
ਸਾਧੂਆਂ ਦੇ ਬਚਨ ਇਹ ਬਚਾਉਂਦੇ ਨੇ, ਬੋਲੋ ਸਤਨਾਮ। ਬਚਨ ਕੀ ਹੁੰਦੇ ਨੇ? ਬਚਨ ਬਚਾਉਂਦੇ ਨੇ, ਬੋਲੋ ਸਤਨਾਮ। ਲੋਕ ਪਰਲੋਕ ਚ ਬਚਨ ਬਚਾਉਂਦੇ ਨੇ, ਇਸ ਕਰਕੇ ਆਓ ਬੇਨਤੀ ਕਰੀਏ। ਮੁਕਤ ਭੁੱਲਣਾ ਤੇਰੇ ਬਚਨ ਕਦੇ ਭੁੱਲਣਾ ਤੇਰੇ ਬਚਨ ਗੁਰਾ ਮੈਂ ਕਦੇ ਸਾਧੂਆਂ ਨਾਲ ਰਿਸ਼ਤਾ ਕਿਸ ਚੀਜ਼ ਦਾ ਹੁੰਦਾ? ਭਾਈ ਵਚਨਾਂ ਦਾ ਹੀ ਹੁੰਦਾ ਹੈ, ਬੋਲੋ ਸਤਨਾਮ। ਜਿਸ ਨੇ ਵਚਨ ਤੋੜ ਦਿੱਤਾ, ਜਿਹੜਾ ਵਚਨਾਂ ਤੋਂ ਬਾਹਰ ਹੋ ਗਿਆ, ਰਿਸ਼ਤਾ ਖਤਮ ਹੋ ਜਾਂਦਾ, ਬੋਲੋ ਸਤਨਾਮ। ਯਾਦ ਰੱਖਣਾ ਹੈ ਭਾਈ, ਸਭ ਨਾਲੋਂ ਅਮੋਲਕ ਵਸਤੂ ਕੀ ਹੈ? ਵਚਨ ਹਨ, ਬੋਲੋ ਸਤਨਾਮ। ਸਤਿਗੁਰ ਵਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਬ ਹੈ ਗੋ। ਇਸ ਕਰਕੇ ਸਾਧ ਸੰਗਤ ਇਹਨਾਂ ਵਚਨਾਂ ਨੂੰ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਣਾ, ਬੋਲੋ ਸਤਨਾਮ। ਸੁਣਿਆ ਸੀ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਇਹ ਰਤਨ, ਕੀਰਤਨ ਦੀ ਰਮਤਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਸ਼ੀਰ ਲਾਲ ਅਮੋਲਕ ਵਚਨ ਸੰਤਾਂ ਦੇ ਸੁਣ ਲਓ ਵੱਡੇ ਪੱਗਾਂ ਵਾਲਿਓ, ਹੀਰੇ ਨਾਲ ਅਮੋਲਕ ਵਚਨ ਸੰਤਾਂ ਦੇ ਸੁਣ ਲਓ ਵੱਡੇ ਪੱਗਾਂ ਵਾਲਿਓ, ਅਮੋਲਕ ਵਚਨ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਰਤਨ, ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਬੋਲੋ ਸਤਨਾਮ। ਇੱਕ ਇੱਕ ਵਚਨ ਐਸਾ ਅਮੋਲਕ ਲਾਲ ਹੁੰਦਾ ਹੈ, ਲੋਕ ਪਰਲੋਕ ਦੇ ਵਿੱਚ ਤੇਰੀ ਰੱਖਿਆ ਕਰਨ ਵਾਲਾ ਹੈ, ਧਰਮ ਰਾਜ ਦੀ ਵੀ ਹਿੰਮਤ ਨਹੀਂ ਹੈ ਉਸ ਵਚਨ ਨੂੰ ਭੰਗ ਕਰ ਸਕੇ, ਬੋਲੋ ਸਤਨਾਮ। ਵਚਨ ਤੇਰੇ ਵਾਸਤੇ ਇੰਨੇ ਅਮੋਲਕ ਹੁੰਦੇ ਹਨ ਬਾਈ, ਜੋ ਗੁਰਬਾਣੀ ਹੈ ਇਹ ਗੁਰੂਆਂ ਦੇ ਸੰਤਾਂ ਦੇ ਵਚਨ ਹੀ ਹਨ, ਬੋਲੋ ਸਤਨਾਮ। ਸੋ ਸਤਿਗੁਰ ਨੇ ਕਹਿਣਾ ਕੀਤਾ, ਵਚਨ ਤੋੜਤਾ ਚੌਧਰੀਆ ਤੇ ਤੋ ਰਿਹਾ ਨਹੀਂ ਗਿਆ, ਫਿਰ ਮਿਰਗੀ ਵੀ ਆ ਰਹੀ ਉਸੇ ਸਮੇਂ ਤਤ ਛਿਨ ਹੀ ਦੌਰਾ ਪੈ ਗਿਆ ਮਿਰਗੀ ਦਾ, ਬੋਲੋ ਸਤਨਾਮ। ਤੇ ਆਇਆ ਉੱਪਰੋਂ ਚੁਬਾਰੇ ਤੋਂ ਨੀਚੇ, ਬੋਲੋ ਸਤਨਾਮ। ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦਰਾ ਜ਼ਿਲ੍ਹਾ ਲੁਧਿਆਣਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਦੀ ਦੇਖ ਰੇਖ ਹੇਠ ਚੱਲ ਰਹੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣੀ ਮਾਇਆ ਗੁਰਦੁਆਰਾ ਤਪੋਬਨ ਢੱਕੀ ਸਾਹਿਬ ਦੇ HDFC ਬੈਂਕ ਦੇ ਅਕਾਊਂਟ ਨੰਬਰ 502-0000-3306-10 ਤੇ ਭੇਜ ਸਕਦੇ ਹੋ ਜੀ। ਵਧੇਰੇ ਜਾਣਕਾਰੀ ਲਈ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਜੀ।